ਇਹ ਵੀ ਮੈਨੂੰ ਪਤਾ ਲੱਗਾ ਕਿ ਜਿਸ ਦਿਨ ਦਰਬਾਰ ਸਾਹਿਬ ਤੋਂ ਇਹ ਖਬਰ ਆਈ ਕਿ ਸੰਤ ਪਿੰਡਰਾਂ ਵਾਲੇ ਨਹੀਂ ਰਹੇ, ਉਸ ਸਮੇਂ ਤੁਸੀਂ ਜਿਹੜੇ ਆ ਮੋਗੇ ਦੇ ਨੇੜੇ ਉਹਨਾਂ ਦੇ ਪਿੰਡ ਵੀ ਗਏ ਸੀਗੇ, ਤੇ ਉੱਥੇ ਤੁਸੀਂ ਕੀ ਵੇਖਿਆ, ਤੁਹਾਡੇ ਨਾਲ ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਦਾ ਵਰਤਾਓ ਕੀਤਾ, ਉਸ ਉੱਥੇ ਦੇ ਲੋਕਾਂ ਦੀਆਂ ਕੀ ਭਾਵਨਾਵਾਂ ਸੀਆਂ, ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸੋ। ਦੇਖੋ ਜੀ, ਸਵੇਰੇ ਅਨਾਊਂਸਮੈਂਟ ਹੋਈ ਸੀਗੀ ਆਲ ਇੰਡੀਆ ਰੇਡੀਓ ਵਿੱਚ, ਹਾਂਜੀ, ਕਿ ਪਿੰਡਾਂ ਵਾਲਿਆਂ ਦੀ ਡੈਥ ਹੋ ਗਈ ਹੈ ਅਤੇ ਬੋਡੀ ਮਿਲ ਗਈ ਹੈ ਅਕਾਲ ਤਖ਼ਤ 'ਤੇ। ਅਤੇ ਮੈਂ ਉਸ ਵੇਲੇ ਮੋਗੇ ਏਰੀਆ ਵਿੱਚ ਸੀਗਾ, ਕਿਉਂਕਿ ਇੱਕ ਜਿਹੜਾ ਬਲੂ ਸਟਾਰ ਸਿਰਫ ਅੰਮ੍ਰਿਤਸਰ ਵਿੱਚ ਨਹੀਂ ਹੋਇਆ ਸੀਗਾ, ਕਈ ਗੁਰਦੁਆਰਿਆਂ 'ਤੇ ਓਪਰੇਸ਼ਨ ਹੋਏ ਨੇ, ਤਰਨ ਤਾਰਨ, ਮੋਗਾ, ਅਤੇ ਮੈਂ ਉਸ ਇਲਾਕੇ ਵਿੱਚ ਸੀਗਾ। ਅਤੇ ਇਹ ਵੀ ਅਫਵਾਹ ਉੱਠੀ, ਵੱਡੀ ਅਫਵਾਹ ਉੱਠੀ ਕਿ ਉੱਥੇ ਬਹੁਤ ਦੰਗਾ ਹੋ ਰਿਹਾ, ਬੜੇ ਲੋਕ ਇਕੱਠੇ ਹੋ ਗਏ ਨੇ ਕਿ ਪਤਾ ਨਹੀਂ ਕੀ ਹੋ ਰਿਹਾ। ਅਤੇ ਆਪਾਂ ਟਰੰਕ ਕਾਲ ਕੀਤੀ ਇੰਡੀਅਨ ਐਕਸਪ੍ਰੈਸ, ਬੀ ਜੀ ਵਰਗੀਜ਼ ਸਾਡੇ ਐਡੀਟਰ ਸੀਗਾ, ਅਤੇ ਮੈਂ ਕਿਹਾ ਮੈਂ ਜਾ ਉੱਥੇ ਜਾ ਰਿਹਾ ਪਤਾ ਕਰਨ। ਤੁਸੀਂ ਉਸ ਵੇਲੇ ਚੰਡੀਗੜ੍ਹ ਸੀ ਜਾਂ ਦਿੱਲੀ? ਨਹੀਂ ਨਹੀਂ, ਮੋਗੇ ਵਿੱਚ, ਮੋਗੇ ਏਰੀਆ ਵਿੱਚ ਸੀਗਾ, ਫਰੀਦਕੋਟ ਏਰੀਆ ਵਿੱਚ ਸੀਗਾ। ਅਤੇ ਉੱਥੋਂ ਮੈਂ ਫੇਕੋ ਅੰਮ੍ਰਿਤਸਰੋਂ ਮੈਂ ਉੱਥੇ ਆ ਗਿਆ ਸੀਗਾ, ਕਿਉਂਕਿ ਇਹ ਜਿਹੜੇ ਦੂਜੇ ਗੁਰਦੁਆਰੇ 'ਤੇ ਇੰਸੀਡੈਂਟ ਸੀ ਇਹਨਾਂ ਦੀ ਰਿਪੋਰਟ ਪਤਾ ਕਰਨ। ਅਤੇ ਉਹਨਾਂ ਐਡੀਟਰ ਨੇ, ਵਰਗੀਜ਼ ਸਾਹਿਬ ਨੇ ਕਿਹਾ ਕਿ ਦੇਖੋ ਵੀ ਕੇਅਰਫੁਲ, ਹੁਸ਼ਿਆਰੀ ਨਾਲ ਚੱਲਣਾ, ਲੇਕਿਨ ਅਗਰ ਹੋ ਸਕਦਾ ਤਾਂ ਜਾਓ ਪਤਾ ਕਰੋ। ਅਤੇ ਮੈਂ ਕੋਸ਼ਿਸ਼ ਕੀਤੀ ਉੱਥੇ ਪਿੰਡ ਜਾਣ ਦੇ, ਰੋਡੇ ਪਿੰਡ, ਬੜਾ ਔਖਾ ਸੀਗਾ। ਇੱਕ ਤਾਂ ਕੋਈ ਟਰਾਂਸਪੋਰਟੇਸ਼ਨ ਨਹੀਂ ਸੀਗੀ, ਕਰਫਿਊ ਹਾਲੇ ਵੀ ਚੱਲ ਰਿਹਾ ਸੀਗਾ, ਅਤੇ ਇੰਨੀ ਧੁੱਪ, ਪਤਾ ਨਹੀਂ ਕਿਸ ਤਰ੍ਹਾਂ ਪੈਦਲ ਚੱਲ ਚੱਲ ਕੇ ਰਾਹ 'ਚ ਇੱਕ ਮੈਨੂੰ ਸਿੱਖ ਮੁੰਡਾ ਮਿਲਿਆ, ਉਹ ਕਹਿੰਦਾ ਚਲੋ ਮੈਂ ਸਾਈਕਲ 'ਤੇ ਤੈਨੂੰ ਲੈ ਜਾਂਦਾ। ਉਹ ਕਾਫੀ ਡਿਸਟੈਂਸ, ਉਹ ਇਤਨੀ ਗਰਮੀ ਸਾਈਕਲ ਨੂੰ ਮੈਂ ਲੈ ਕੇ ਗਿਆ। ਫਿਰ ਖੈਰ ਕਈ ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਰੋਡੇ, ਔਰ ਪਿੰਡਾਂ ਵਾਲੇ ਦੇ ਘਰ ਪਹੁੰਚਿਆ, ਤੇ ਉੱਤੇ ਇੱਕ ਹੈਲੀਕਾਪਟਰ ਆਰਮੀ ਦਾ ਜਿਹੜਾ ਸੀਗਾ ਉਹ ਬਿਲਕੁਲ ਸਰਕਲ ਕਰ ਰਿਹਾ ਸੀ, ਕਾਫੀ ਕਾਫੀ ਨੀਚੇ, ਵੈਰੀ ਲੋ। ਤੇ ਮੈਂ ਉੱਥੇ ਪਹੁੰਚਿਆ ਤੇ ਕਾਫੀ 150-200 ਲੋਕ ਇਕੱਠੇ ਸੀਗੇ, ਸਾਰੇ ਸਿੱਖ ਸੀਗੇ। ਸਡਨਲੀ ਉਹ ਸਾਰੇ ਮੇਰੇ ਵੱਲ ਮੈਨੂੰ ਵੇਖਣ ਕਿ ਇਹ ਕੌਣ ਬੰਦਾ ਆ ਗਿਆ, ਤੇ ਮੈਂ ਕਿਹਾ ਇੰਡੀਅਨ ਐਕਸਪ੍ਰੈਸ ਦਾ ਮੈਂ ਰਿਪੋਰਟਰ ਹੈਗਾ। ਤੇ ਦੋ ਬੰਦੇ ਆਏ, ਮੈਨੂੰ ਕਿਹਾ ਤੁਸੀਂ ਅੰਦਰ ਆ ਜਾਓ, ਤੇ ਮੈਂ ਅੰਦਰ ਗਿਆ, ਕਮਰੇ 'ਚ ਮੈਨੂੰ ਬਿਠਾਇਆ, ਤੇ ਉਹ ਫਿਰ ਚਲੇ ਗਏ। ਕੋਈ 5 ਮਿੰਟਾਂ 'ਚ ਉਹ ਵਾਪਿਸ ਆਏ ਤੇ ਉਹ ਥਾਲੀ 'ਚ ਰੋਟੀ ਲੈ ਕੇ ਆਇਆ, ਕਹਿੰਦਾ ਥੱਕਿਆ ਹੋਇਆ ਤੂੰ ਰੋਟੀ ਖਾ, ਮੈਨੂੰ ਰੋਟੀ ਖਵਾਈ। ਇਹ ਗੱਲ ਮੈਨੂੰ ਨਹੀਂ ਭੁੱਲਦੀ, ਕਿਉਂਕਿ ਇੱਕ ਸਵਾਲ ਉੱਠਦਾ ਹੈ, ਉਸ ਵੇਲੇ ਬਲੂ ਸਟਾਰ 'ਤੇ ਅਟੈਕ ਹੋਇਆ ਸੀਗਾ, ਪਰਸੈਪਸ਼ਨ ਦੀ ਗੱਲ ਕਰਨਾ, ਫੈਕਟਸ ਆਪਣੀ ਜਗ੍ਹਾ ਜੋ ਸੀਗੇ ਸੋ ਸੀਗੇ, ਲੇਕਿਨ ਪਰਸੈਪਸ਼ਨ ਸੀਗਾ ਕਿ ਇਹ ਹਿੰਦੂ ਸਰਕਾਰ ਨੇ ਅਟੈਕ ਕੀਤਾ ਹੈ। ਜਿਨ੍ਹਾਂ ਨੇ ਐਕਚੁਅਲ ਅਟੈਕ ਕੀਤਾ ਉਹ ਅਪੀਅਰੈਂਸ ਵਿੱਚ ਵੇਖਣ ਨੂੰ ਹਿੰਦੂ ਜਿਹੇ ਲੱਗਦੇ ਸੀਗੇ ਜਿਵੇਂ ਮੈਂ ਲੱਗਣਾ। ਠੀਕ ਹੈ, ਕਿਸੇ ਨੇ ਇਹ ਨਹੀਂ ਮੈਨੂੰ ਕਿਹਾ ਕਿ ਜਿਹੜੇ ਜਿਨ੍ਹਾਂ ਨੇ ਬਲੂ ਸਟਾਰ ਕੀਤਾ ਹੈ ਉਹ ਤੇਰੇ ਜਿਹੇ ਹਿੰਦੂ ਸੀਗੇ, ਤੂੰ ਆਇਆ ਸਾਡੇ ਸਾਹਮਣੇ ਮਾਰੇ ਤੈਨੂੰ। ਉਹਨਾਂ ਨੇ ਮੈਨੂੰ ਬਿਠਾਇਆ, ਰੋਟੀ ਖਵਾ ਦੀ। ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਦੋ ਸਿੱਖਾਂ ਨੇ ਮਾਰਿਆ, ਦੋ ਸਿੱਖ ਪੁਲਿਸ ਵਾਲਿਆਂ ਨੇ ਮਾਰਿਆ, ਲੋਕਾਂ ਨੇ ਕੀ ਕੀਤਾ, ਬਾਕੀ ਜਿਹੜੇ ਸਿੱਖ ਸੀ ਉਹ ਉਹਨਾਂ ਨੇ ਥੋੜੀ ਕੁਛ ਕੀਤਾ ਸੀਗਾ, ਬਈ ਅਸੀਂ ਵੇਖਣ ਵਿੱਚ ਸਿੱਖ ਲੱਗੇ, ਅਗੇਨ ਪਰਸੈਪਸ਼ਨ ਅਪੀਅਰੈਂਸ, ਕੋਈ ਸਿੱਖ ਟਾਈਪ ਲੋਕ ਲੱਗੇ, ਇਹ ਕੇਸ਼ਧਾਰੀ ਨੇ, ਇਹ ਸਿੱਖ ਨੇ, ਇਹਨਾਂ ਨੂੰ ਮਾਰੋ। 3,000 ਬੰਦੇ ਮਾਰਤੇ, ਕਿਸ ਬੁਨਿਆਦ ਤੇ, ਕੀ ਇਹ ਵੇਖਣ ਵਿੱਚ ਉਹੀ ਲੱਗਦੇ ਨੇ, ਉਸੇ ਟਾਈਪ ਦੇ ਲੱਗਦੇ ਨੇ ਜਿਸ ਤਰ੍ਹਾਂ ਕਿ ਉਹ ਦੋ ਸਿੱਖ ਪੁਲਿਸਮੈਨ ਸੀਗੇ ਜਿਨ੍ਹਾਂ ਨੇ ਅਸੈਸੀਨੇਸ਼ਨ ਕੀਤੀ। ਇਹ ਗੱਲ ਮੈਨੂੰ ਬਹੁਤ ਹਿੱਟ ਕੀਤੀ, ਠੀਕ ਹੈ, ਕੀ ਪੰਜਾਬ ਵਿੱਚ ਮੇਰਾ ਐਕਸਪੀਰੀਅੰਸ ਰਿਹਾ ਤੇ ਕੀ ਦਿੱਲੀ ਵਿੱਚ ਉਹਨਾਂ ਦਾ ਐਕਸਪੀਰੀਅੰਸ ਰਿਹਾ। ਤੁਸੀਂ ਆਪਣੇ ਆਪ ਨੂੰ ਦਿੱਲੀ ਕਹਿੰਦੇ ਹੋ, ਬੜੇ ਜੀ ਅਸੀਂ ਰਾਜਧਾਨੀ ਹੈ, ਬੜੇ ਪ੍ਰੋਗਰੈਸਿਵ ਹੈਗੇ ਹਾਂ ਅਸੀਂ, ਹੈ ਨਾ, ਬੜੇ ਸੋਫਿਸਟੀਕੇਟਿਡ ਲੋਕ ਹੈਗੇ ਹਾਂ ਅਸੀਂ, ਤੇ ਇਹ ਤੁਹਾਡੇ ਐਕਸ਼ਨ ਰਹੇ, ਠੀਕ ਹੈ, ਔਰ ਪੰਜਾਬ ਉਹ ਪਿੰਡ, ਪਿੰਡਾਂ ਵਾਲੇ ਦਾ ਪਿੰਡ, ਉਹਦਾ ਘਰ ਉੱਥੇ ਜਿਵੇਂ, ਔਰ ਇਸ ਵੇਲੇ ਜਦ ਜਜ਼ਬਾਤ ਬਹੁਤ ਜਗੇ ਹੋਏ ਸੀਗੇ, ਤੇ ਮੈਨੂੰ ਕੀ ਟ੍ਰੀਟਮੈਂਟ ਮਿਲੂ, ਕਿ ਬਹਿ ਆਰਾਮ ਕਰ ਰੋਟੀ ਖਾ। ਮੈਂ ਇਸ ਕਿਤਾਬ ਵਿੱਚ ਇਹ ਲਿਖਿਆ ਹੈ 1984 ਵਿੱਚ ਮੈਨੂੰ ਪੰਜਾਬ ਤੇ ਮਾਣ ਆਇਆ ਤੇ ਦਿੱਲੀ ਤੇ ਸ਼ਰਮ ਆਈ।